लड़पे चन्नी का विरोध कर रहे गुरु हर सहाय में मुख्यमंत्री चरणजीत सिंह चन्नी का जबरदस्त विरोध हुआ। जैसे ही चन्नी मंच पर बोलने के लिए आए, वैसे ही ईटीटी अध्यापकों ने मुर्दाबाद के नारे लगाने शुरू कर दिए, जिसके बाद कांग्रेसियों ने प्रदर्शनकारियों की जमकर पिटाई की। मुख्यमंत्री ने मंच से सरेआम धमकी देते हुए कहा कि तुम 5-7 लोग खलल डालने की कोशिश मत करो, हमारे पास 5,000 लोग हैं। चन्नी का ईटीटी अध्यापक यूनियन, कंप्यूटर अध्यापक यूनियन, पीटीआई बेरोजगार यूनियन ने जबरदस्त विरोध किया। प्रदर्शनकारियों ने मुख्यमंत्री के काफिले को काले झंडे भी दिखाए। विरोधी पार्टियां वालों 5-7 बजे
ਉਹਦੇ ਨਾਲ ਬਦਬਖਤੀ ਪੈਦਾ ਹੁੰਦੀ ਹੈ ਤੇ ਅਖਬਾਰਾਂ ਵਾਲੇ ਵੀ ਟੀਵੀ ਵਾਲੇ ਵੀ ਸਿਰਫ ਉਹ ਪੰਜ ਬੰਦਿਆਂ ਨੂੰ ਦਿਖਾਈ ਜਾਂਦੇ ਜਿਹੜਿਆਂ ਨੇ ਵਿੱਚ ਜਾਣੇ ਮਾਰੇ ਹੋਏ ਇਸ ਕਰਕੇ ਮੇਰੀ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਪ੍ਰੋਗਰਾਮਾਂ 'ਚ ਫੜਨ ਪਾਉਣ ਹੁੰਦੇ ਹੈ ਕਿ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਪ੍ਰਦਰਸ਼ਨ ਕਰੋ ਜੇ ਕੋਈ ਕਰਨਾ ਵੀ ਹੈ ਆਪਣਾ ਇੱਕ ਪਾਸੇ ਖੜ ਕੇ ਕਰ ਲਓ ਅਸੀਂ ਤੁਹਾਨੂੰ ਸਾਨੂੰ ਉਹਦੀ ਰੋਕ ਹੈ ਆਹ ਦੇਖੋ ਅੱਗੇ ਦੇਖੋ ਲੋਕਤੰਤਰ ਦੇ ਵਿੱਚ ਅੱਗੇ ਦੇਖੋ ਕੀ ਹੈ ਨਹੀਂ ਭਾਈ ਮਜ਼ਾ ਨਹੀਂ ਹੈ ਜਾ ਤੁਸੀਂ ਸਾਰੇ ਭਰਾ ਹੋ ਹਲਕੇ ਦੇ ਉੱਪਰ ਕੀ ਹੋ ਕੇ ਦੇਖੋ ਅੱਗੇ ਦੇਖੋ ਤੇ ਸਾਨੂੰ ਕੀ ਕਰਨਾ ਚਾਹੀਦਾ ਇਸ ਕਰਕੇ ਦੂਸਰੀ ਕੋਈ ਸਭਾ ਦੇ ਜਿਸ ਤਰ੍ਹਾਂ ਅੱਜ ਤੁਸੀਂ ਇਲਾਕੇ ਦੇ ਲੋਕ ਸਾਰੇ ਇਕੱਠੇ ਹੋਏ ਹੋ ਆ ਪੁਲਿਸ ਆਉਂਦੇ ਨੇ ਬੈਠੋ ਵੀ ਬੈਠੋ ਸਾਰੇ ਲੋਕ ਨਾਲ ਲੱਗ ਕੇ ਨਿਕਲ ਜਾਂਦੇ ਹੋ ਬੈਠੋ ਵੀ ਸਭ ਜਾ ਕੇ ਲੋਕਾਂ ਦੇ ਸਾਹਮਣੇ ਜੇ ਤੁਸੀਂ ਕੰਮ ਕਰਦਾ ਉਹ ਨਾਲ ਨਹੀਂ ਨਿਕਲ ਜਾਣਾ ਹੈ ਇਸ ਕਰਕੇ ਪੁਲਿਸ ਵਾਲੇ ਕਿਸੇ ਨੂੰ ਨਾਰਾ ਲਾਉਣ ਵਾਲੇ ਨੂੰ ਖੜੇ ਨਾ ਕਿਸੇ ਨੂੰ ਖਰਾਬ ਨਾ ਕਰੇ ਬੈਠੋ ਇਹ ਪਾਣੀ ਦਾ ਕੰਮ ਹੈ ਪਾਣੀ ਕੀ ਕਰੇ ਆ ਬੈਠੇ ਕੋਈ ਕਰਨਾ ਰੁਕੇ ਬੈਠੋ ਬੈਠੋ ਡੀਐਸਪੀ ਸਾਹਿਬ ਐਸਐਸ ਸਾਹਿਬ ਬੈਠੋ ਤੁਸੀਂ ਬੋਲਦੇ ਨੇ ਖੜੇ